ਸਤਿ ਸ਼੍ਰੀ ਅਕਾਲ ਫਰੈਂਡਸ। ਅੱਜ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ, ਅਸੀਂ ਜਲਦੀ ਜਲਦੀ ਆਪਣੇ ਘਰ ਦੇ ਕੰਮ ਕਾਰ ਜਿਹੜੇ ਆ ਕੰਪਲੀਟ ਕੀਤੇ, ਉਸ ਤੋਂ ਬਾਅਦ 'ਚ ਅਸੀਂ ਰੈਡੀ ਹੋ ਕੇ ਚੱਲੇ। ਅੱਜ ਅਸੀਂ ਰਮਦਾਸ ਸਾਨੂੰ ਕੋਈ ਕੰਮ ਹੈ, ਨਾਲ ਦੀ ਨਾਲ ਅਸੀਂ ਮਾਸੀ ਜੀ ਹੁਣਾਂ ਘਰੋਂ ਹੋ ਕੇ ਆਵਾਂਗੇ। ਮੇਰੇ ਮਾਸੀ ਜੀ ਹੁਣੀ ਵੀ ਰਮਦਾਸ ਹੀ ਰਹਿੰਦੇ ਨੇ, ਰੀਤ ਵੀ ਰੈਡੀ ਹੋ ਚੁੱਕੀ ਆ, ਰੀਤ ਦੇ ਪਾਪਾ ਵੀ ਰੈਡੀ ਹੋ ਗਏ ਨੇ। ਰੈਡੀ ਹੋ ਕੇ ਅਸੀਂ ਚੱਲ ਪਏ ਰਮਦਾਸ ਜਾਣ ਲਈ। ਰਮਦਾਸ ਜਿਹੜਾ ਸਾਨੂੰ ਕੋਈ ਕੰਮ ਸੀ ਉਹ ਕਰਨ ਤੋਂ ਬਾਅਦ 'ਚ ਅਸੀਂ ਪਹੁੰਚ ਕੇ ਮੇਰੇ ਮਾਸੀ ਜੀ ਉਹਨਾਂ ਦੇ ਘਰ। ਠੰਡ ਬਹੁਤ ਹੀ ਜਾਂਦੇ, ਸਾਨੂੰ ਮਿਲ ਗਈ ਗਰਮਾ ਗਰਮ ਚਾਹ, ਬਰਫੀ, ਨਮਕੀਨ ਬਿਸਕਿਟ। ਅਸੀਂ ਚਾਹ ਪੀਤੀ, ਰੀਤ ਨੇ ਖੂਬ ਇੰਜੋਏ ਕੀਤਾ। ਉਸ ਤੋਂ ਬਾਅਦ 'ਚ ਅਸੀਂ ਵਾਪਸ ਚੱਲ ਪਏ ਆਪਣੇ ਘਰ ਆਉਣ ਲਈ। ਰਸਤੇ ਵਿੱਚ ਰੀਤ ਨੇ ਮੈਨੂੰ ਬਹੁਤ ਗੱਲਾਂ ਪੱਤਾਂ ਸੁਣਾਈਆਂ ਛੋਟੀਆਂ ਛੋਟੀਆਂ। ਉਸ ਤੋਂ ਬਾਅਦ ਵਿੱਚ ਅਸੀਂ ਲਏ ਫਰੂਟਸ, ਵੈਜੀਟੇਬਲ। ਅਸੀਂ ਪਹੁੰਚ ਕੇ ਆਪਣੇ ਘਰ ਆਣ ਕੇ ਰੀਤ ਨੇ ਗੱਡੀ ਦਾ ਸਮਾਨ ਕੱਢ ਕੇ ਰਖਾਉਣ 'ਚ ਮੇਰੀ ਹੈਲਪ ਕੀਤੀ। ਰੀਤ ਮੇਰੀ ਬਹੁਤ ਜ਼ਿਆਦਾ ਹੈਲਪ ਕਰਦੇ ਆ, ਰੀਤ ਗੁੱਡ ਬੱਚਾ ਹੈ। ਓਕੇ ਜੀ, ਬਾਏ ਬਾਏ।